ਅਕਾਲ ਜੀ ਸਾਰਿਆਂ ਨੂੰ। ਅੱਜ ਅਸੀਂ ਚੱਲੇ ਸੀਗੇ ਤਲਵੰਡੀ ਸਾਹਿਬ ਗੁਰਦੁਆਰੇ ਮੱਥਾ ਟੇਕਣ ਲਈ, ਕਿਉਂਕਿ ਸਾਡੀ ਫੇਸਬੁੱਕ ਤੋਂ ਫਸਟ ਇਨਕਮ ਆਈ ਸੀਗੀ ਅਤੇ ਅਸੀਂ ਸੁੱਖਿਆ ਵੀ ਸੀਗੀ ਇਹ ਗੱਲ ਵੀ ਜਦੋਂ ਵੀ ਸਾਡੀ ਫਸਟ ਇਨਕਮ ਆਉਂਦੀ ਹੈ ਅਤੇ ਅਸੀਂ ਸਭ ਤੋਂ ਪਹਿਲਾਂ ਤਾਂ ਗੁਰਦੁਆਰਾ ਸਾਹਿਬ ਜਾ ਕੇ ਦੇਖ ਕਰਵਾਵਾਂਗੇ। ਅਤੇ ਅੱਜ ਅਸੀਂ ਚੱਲੇ ਸੀਗੇ ਤਲਵੰਡੀ ਸਾਹਿਬ ਅਤੇ ਫਿਰ ਹੁਣ ਅੱਜ ਕੱਲ ਸ਼ਾਮ ਜੇ ਨੂੰ ਮੇਰਾ ਅਕਾਊਂਟ ਕੀ ਆ ਉਹਨਾਂ ਨੇ ਦੀਵਾਰ ਤੋਂ ਮਤਲਬ ਕਿ ਚਾਲੂ ਕਰਤਾ ਸੀਗਾ। ਤੇ ਫਿਰ ਹੁਣ ਅੱਜ ਅਸੀਂ ਚੱਲੇ ਹੈਗੇ ਤਲਵੰਡੀ ਸਾਹਿਬ, ਚੱਲ ਪਏ ਸੀ ਘਰੋਂ ਤੇ ਮੇਰੀ ਹੈਗੀ ਹੈ ਫਰੈਂਡ ਨਾਲ ਸਾਡੇ ਤਨਵੀ। ਹੈਲੋ ਕਰਦੇ ਸਾਰਿਆਂ ਨੂੰ। ਹੁਣ ਸਾਰਿਆਂ ਨੂੰ ਪਤਾ ਹੈਗਾ ਵੀ ਪਹਿਲਾਂ ਤਾਂ ਅਸੀਂ ਚੰਡੀਗੜ੍ਹ ਰਹਿੰਦੇ ਹੁੰਦੇ ਸੀ ਤੇ ਹੁਣ ਅਸੀਂ ਚੰਡੀਗੜ੍ਹ ਤੋਂ ਸ਼ਿਫਟ ਕਰ ਲਿਆ ਸੀਗਾ ਬਠਿੰਡੇ। ਤੇ ਮਤਲਬ ਕਿ ਵੈਸੇ ਤਾਂ ਮੇਰਾ ਆਪਦਾ ਸ਼ਹਿਰ ਵੀ ਬਠਿੰਡਾ ਹੀ ਹੈਗਾ, ਮੈਂ ਬਠਿੰਡੇ ਤੋਂ ਹੀ ਹਾਂ ਤੇ ਪਰ ਮੈਂ ਬਠਿੰਡੇ ਬਹੁਤ ਘੱਟ ਰਹੀ ਹੋਈ ਹੈਗੀ ਹਨਾ। ਤੇ ਹੁਣ ਇੱਥੋਂ ਤਾਂ ਕਈ ਵਾਰੀ ਟ੍ਰੈਫਿਕ ਵਗੈਰਾ ਹੁੰਦਾ ਹਨਾ ਤੇ ਸਾਨੂੰ ਬਹੁਤ ਔਖਾ ਲੱਗਦਾ ਕਿਹੜਾ ਕਿਹੜਾ, ਕਿਉਂਕਿ ਸਾਨੂੰ 20-25 ਦਿਨ ਹੀ ਹੋਏ ਨੇਗੇ ਇੱਥੇ ਆਇਆਂ ਨੂੰ। ਵੈਸੇ ਅੱਜ ਧੁੱਪ ਨੀ ਨਿਕਲੀ ਹੋਈ ਗੀ ਇੱਧਰ, ਮੌਸਮ ਦਾ ਵੀ ਅੱਜ ਫਰਕ ਆ, ਮੌਸਮ ਸੋਹਣਾ ਹੋਇਆ। ਹਾਂ ਠੰਡਾ ਹੋਇਆ ਤੇ ਗਰਮੀਆਂ ਦਾ ਕਰਕੇ ਹੋਇਆ। ਹਰਜੀਤ ਨੇ ਤਾਂ ਜੈਕਟ ਵੀ ਪਾ ਰੱਖੀ ਹੈਗੀ ਅੱਜ। ਠੰਡ ਹੈ, ਬੱਚਤ ਰੱਖੋ ਤਾਂ ਮੈਂ ਜਾਂਦੀ ਜਾਂਦੀ ਠੰਡ 'ਚ ਕਈ ਵਾਰ ਕੰਮ ਕਰ ਜਾਂਦੀ ਹੈ। ਹਾਂ ਨੇੜੇ ਬਾਹਰ ਤੁਰੇ ਫਿਰਦੇ ਆ। ਬਾਕੀ ਹੁਣ ਗੜੇ ਵੀ ਪੈ ਕੇ ਹਟੇ ਨੇ ਨਾ ਇੱਥੇ ਬਠਿੰਡੇ ਲੇਕ ਦੇ ਉੱਤੇ, ਕੋਈ ਹਾਲ ਸੀਗਾ ਕਿੰਨੇ ਗੜੇ ਪਏ ਸੀਗੇ। ਬਹੁਤ ਜ਼ਿਆਦਾ ਤਾਂ ਕਰਕੇ ਹਰ ਇੱਕ ਜਗ੍ਹਾ ਦੀ ਪਏ ਨੇ। ਹੁਣ ਰਾਤ ਵੀ ਕਿੰਨੀ ਠੰਡ ਸੀਗੀ ਦੇਖ। ਸਹੀ ਗੱਲ ਆ। ਇੱਕ ਬਾਪੂ ਜੀ ਤੇ ਇੱਕ ਬੇਬੇ ਜੀ ਜਾਈ ਜਾਂਦੇ ਨੇ, ਬੇਬੇ ਅੱਗੇ ਜਾਈ ਜਾਂਦੇ, ਬਾਪੂ ਜੀ ਸਾਡੇ ਕੋਲ ਖੜ ਗਏ ਸੀਗੇ। ਤੇ ਇੱਕ ਸੁੱਖਾ ਆ ਵੀ ਉਮਰ ਆਉਣੀ ਹੈ ਹਨਾ ਯਾਰ। ਸਹੀ ਗੱਲ ਆ, ਉਮਰ ਵੀ ਆਉਣੀ ਹੈ ਇੱਕ। ਸਹੀ ਗੱਲ ਆ, ਇਹ ਬੱਸ ਦੀ ਵੇਟ ਕਰ ਰਹੇ ਆ। ਪਰ ਸਾਡਾ ਇਹਨਾਂ ਨੂੰ ਵੀ ਕਿੱਥੇ ਜਾਣਾ, ਇਹਨਾਂ ਨੇ ਜਾਣਾ ਕਿਸੇ ਪਿੰਡ ਤੇ, ਅਸੀਂ ਜਾਂਦੇ ਸੀਗੇ ਸਿੱਧੇ ਤੇ ਇਹ ਕਹਿੰਦੇ ਸੀ ਪਿੰਡ ਨੂੰ ਜਾਣਾਗਾ ਤਾਂ ਕਰਕੇ ਸਾਡੇ ਨਾਲ ਚੜੇ ਨਹੀਂ ਹੈਗੇ। ਹਾਂ ਇਹਨਾਂ ਨੇ ਪਿੰਡ ਨੂੰ ਜਾਣਾ, ਚੱਠਾਂ ਜਾਣਾ ਸੀਗਾ ਇਹਨਾਂ ਨੇ ਇਧਰਲੇ ਪਾਸੇ ਤੇ ਆ ਲਿਖਿਆ ਹੋਇਆ ਚੱਠਾਂ ਵਾਲੀ ਮੋੜ ਕਰਨੀ। ਹਾਂ ਨਹੀਂ ਨਹੀਂ ਚੜੇ। ਅਸੀਂ ਗੱਡੀ ਵੀ ਰੋਕੀ ਸੀਗੀ ਬਾਬਾ ਜੀ ਵਾਸਤੇ ਤੇ ਬੇਬੇ ਵਾਸਤੇ। ਉਹ ਕਹਿੰਦੇ ਵੀ ਅਸੀਂ ਇੱਧਰ ਪਿੰਡ ਜਾਣਾ ਨਾਲ ਹੀ ਤੇ ਉੱਧਰ ਆਉਂਦੇ ਸੀਗੇ ਸੀਗਾ ਰਸਤਾ ਤੇ ਸਾਨੂੰ ਇਹ ਸੀ ਅਸੀਂ ਸਿੱਧਾ ਰੋਡ ਸੀਗਾ ਸਾਡਾ ਜਾਣ ਵਾਲਾ ਤੇ ਉਹ ਸਭ ਤੋਂ ਲੰਬਾ ਸਾਥ ਹੁੰਦਾ ਨਾ ਇੱਕ ਮੀਆਂ ਬੀਬੀ ਦੀ ਹੁੰਦਾ। ਵੈਸੇ ਮੈਂ ਤਾਂ ਆਪ ਤੁਹਾਡਾ ਇੱਥੇ ਤੱਕ ਸਾਥ ਚਾਹੀਦਾ ਸੱਚੀ ਕਿ ਕਿੰਨਾ ਮੈਨੂੰ ਬਾਹਲਾ ਵਧੀਆ ਲੱਗਿਆ ਸੱਚੀ। ਮੀ ਦੋਨੇ ਜਾਣੇ ਹਨਾ ਦੇਖ ਲਾ ਵੀ ਆਹ ਉਮਰ ਦੇ ਵਿੱਚ ਜਾ ਕੇ ਵੀ ਦੋਨੇ ਜਾਣੇ ਮਤਲਬ ਕਿ ਇੱਕ ਦੂਜੇ ਦੇ ਨਾਲ ਨੇਗੇ ਹਨਾ ਤੇ ਬਾਹਲਾ ਵਧੀਆ ਇਮੋਸ਼ਨਲ ਜੀ ਮੂਵਮੈਂਟ ਸੀਗੀ ਉਹ ਤਾਂ। ਬਜ਼ੁਰਗਾਂ ਲਈ ਸੁਨਹਿਰੀ ਮੌਕਾ 90,000 ਰੁਪਏ ਦੇ ਵਿੱਚ ਇੱਕ ਗੋਡਾ ਤੇ ਇੱਕ 1,75,000 ਦੇ ਵਿੱਚ ਦੋ ਗੋਡੇ ਵੀ 10। ਕੋਈ ਡਿਸਕਾਊਂਟ ਦੇਣਾ ਚੰਗੀ ਤਰ੍ਹਾਂ ਤਾਂ ਦਿਓ। ਜਦਾ ਇਹ ਹੋਵੇ ਵੀ ਹਾਂ ਭਾਈ ਬਾਵਾ ਡਿਸਕਾਊਂਟ ਦੇ ਰਹੇ ਸੀ 30-40,000 ਦਾ 1,20,000 ਚ ਪਾ ਦਾਂਗੇ ਦੋਨੇ ਗੋਡੇ ਇਹਦਾ। ਹਾਂ ਜੈਕ 30 ਚ ਪਾ ਦਾਂਗੇ। ਹਾਂ ਇਹ ਕੀ ਮਤਲਬ ਆਂਦਾ 5,000 ਦਾ ਡਿਸਕਾਊਂਟ। ਅਸੀਂ ਪਹੁੰਚ ਗਏ ਤਲਵੰਡੀ ਸਾਬੋ ਦੇ ਖੰਡਾ ਚੌਂਕ ਦੇ ਵਿੱਚ ਤੇ ਹੁਣ ਇੱਥੋਂ ਜਾ ਰਹੇ ਹਾਂ ਅਸੀਂ ਗੁਰੂ ਘਰ, ਬਿਲਕੁਲ ਨਾਲ ਹੀ ਹੈ, ਮੱਥਾ ਟੇਕ ਕੇ ਆਵਾਂਗੇ। ਗੁਰਦੁਆਰੇ ਦੇ ਅੰਦਰ ਐਂਟਰ ਹੋ ਰਹੇ ਹਾਂ, ਸਾਡਾ ਬਹੁਤ ਮਨ ਕਰ ਰਿਹਾ ਸੀ ਗੁਰਦੁਆਰੇ ਆਉਣ ਨੂੰ ਕਿਉਂਕਿ ਮੈਨੂੰ ਤਾਂ ਪਤਾ ਨਹੀਂ ਕਿੰਨੇ ਸਾਲ ਹੋ ਗਏ ਹਰਜੀਤ ਤਲਵੰਡੀ ਸਾਬੋ ਆਈ ਨੂੰ, ਸੱਚ ਦੱਸਾਂ ਤਾਂ ਕਾਫੀ ਟਾਈਮ ਹੀ ਹੋ ਗਿਆ। ਹਾਂ ਬਹੁਤ ਜ਼ਿਆਦਾ ਟਾਈਮ ਹੋ ਗਿਆ ਕਿਉਂਕਿ ਆਪਾਂ ਇੱਧਰ ਰਹਿੰਦੇ ਨਹੀਂ ਸੀ, ਸਿਰਫ ਆਉਂਦੇ ਸੀਗੇ, ਇੱਕ ਅੱਧੇ ਦਿਨ ਲਈ ਆਉਂਦੇ ਹੁੰਦੇ ਸੀ, ਉਹ ਆਪਣਾ ਪਿੰਡ ਲੰਘ ਜਾਂਦਾ ਹੁੰਦਾ ਸੀਗਾ। ਹਾਂ ਤਾਂ ਕਰਕੇ ਮੈਨੂੰ ਤਾਂ ਨਿੱਕੇ ਕਾਫੀ ਟਾਈਮ ਮੈਨੂੰ ਵੀ ਹੋ ਗਿਆ, ਆਪਾਂ ਆਏ ਤਾਂ ਹੈਗੇ ਇੱਥੇ ਦੋਨੇ ਇਕੱਠੇ। ਹਾਂ ਆਏ ਨਹੀਂ ਇੱਕ ਵਾਰੀ ਸ਼ਾਇਦ ਪਤਾ ਨਹੀਂ ਮੈਨੂੰ ਤਾਂ ਯਾਦ ਨਹੀਂ। ਆਏ ਆਪਾਂ ਇੱਕ ਵਾਰ, ਆਏ ਇੱਕ ਵਾਰ, ਆਏ ਆਪਾਂ ਮੱਥਾ ਟੇਕ ਕੇ ਗਏ ਆ। ਨਹੀਂ ਹਰਜੀਤ ਨਹੀਂ ਆਏ, ਆਏ ਸੀਗੇ ਪਹਿਲਾਂ, ਮੰਮੀ ਵੀ ਸੀ ਆਪਣੇ ਨਾਲ। ਅੱਛਾ ਹਾਂ
ਨਜ਼ਦੀਕ ਤੱਕ ਆਪਣੇ ਇਹੀ ਹੈ ਨਾ, ਸਹੀ ਗੱਲ ਹੈਗੀ ਆ, ਆਪਾਂ ਨੂੰ ਇੱਥੇ ਹੋਣਾ ਚਾਹੀਦਾ ਹੈ ਨਾ। ਕਿੰਨੇ ਬੱਚੇ ਆਏ ਹੋਏ ਨੇ, ਕਿੰਨੇ ਬੱਚੇ ਆਏ ਹੋਏ ਨੇ ਹੈ ਨਾ ਮੱਥਾ ਟੇਕਣ ਵਾਸਤੇ, ਕੋਈ ਉਧਰੋਂ ਆਇਆ ਹੋਣਾ ਕੋਈ ਟੂਰ ਟੂਰ ਨਾ। ਗੁਰਦੁਆਰੇ ਆ ਕੇ ਵੈਸੇ ਸਕੂਨ ਜਿਹਾ ਮਿਲਣ ਲੱਗ ਜਾਂਦਾ, ਸੁੱਖ ਹਨ ਸ਼ਾਂਤੀ ਨੂੰ ਮਾਇਆ ਕੰਮ ਹੋ ਜਾਂਦਾ ਹਨਾ, ਬਿਲਕੁਲ ਜੀ ਲੱਗਦਾ ਯਾਰ ਗੁਰਦੁਆਰੇ ਆ ਕੇ, ਇਹ ਤਾਂ ਗੱਲ ਵੱਖੀ ਆ ਹਨਾ। ਹਰਜੀਤ ਕਹੇ ਨੇ ਦੇਖ ਕਰਵਾਉਣ ਲਈ, ਕਰਾ ਲਈ ਦੇ ਗਈ ਮੱਥਾ ਟੇਕ ਲਿਆ ਅਸੀਂ, ਮੱਥਾ ਟੇਕ ਕੇ ਲੰਗਰ ਛੱਕ ਕੇ ਥੋੜ੍ਹੀ ਬਹੁਤੀ ਸੇਵਾ ਕਰਕੇ ਅਸੀਂ ਚਾਹੁੰਦੇ ਹਾਂ ਹੁਣ ਘਰ ਨੂੰ। ਅਸਲ ਤਾਂ ਸਪੈਸ਼ਲ ਅਸੀਂ ਮੱਥਾ ਟੇਕਣੀ ਆਏ ਸੀਗੇ ਇੱਥੇ, ਹੁਣ ਇੱਥੇ ਗੁਰੂ ਘਰ ਦੇ ਵਿੱਚ ਬਹੁਤ ਜ਼ਿਆਦਾ ਕੰਮ ਚੱਲੀ ਜਾਂਦਾ, ਤੁਹਾਨੂੰ ਮੈਂ ਦਿਖਾਉਣਾ ਚਾਰੇ ਪਾਸੇ, ਆਹ ਦੇਖੋ ਹਾਂ ਰਹਿਣ ਵਾਸਤੇ ਭਾਈ ਮਨੀ ਸਿੰਘ ਨਿਵਾਸ, ਵਿਸਾਖੀ ਵੇਲੇ ਕੱਟ ਹੁੰਦਾ ਨਾ ਬਹੁਤ ਜ਼ਿਆਦਾ, ਹਾਂ ਹੁਣ ਮਹਾਰਾਜ ਸੁੱਖ ਰੱਖੇ, ਹੁਣ ਵਿਸਾਖੀ ਤੇ ਆਵਾਂਗੇ ਅੱਗੇ, ਬਸ ਵਿਸਾਖੀ ਆਉਣ ਵਾਲੀ ਆ। ਪੇਮੈਂਟ ਆਈ ਨੂੰ ਤਾਂ ਹੋ ਗਈ ਸੀਗੀ 8-10 ਦਿਨ ਤੇ, ਪਰ ਮਤਲਬ ਮੇਰਾ ਜਦੋਂ ਅਕਾਊਂਟ ਹੀ ਫਰੀਜ਼ ਕਰਤਾ ਸੀਗਾ ਹੈ ਨਾ ਬੈਂਕ ਵਾਲਿਆਂ ਨੇ, ਇੱਕ ਨਾ ਹਰਜੀਤ ਹੁੰਦਾ ਨਾ ਦਿਮਾਗ ਦੇ ਉੱਤੇ ਭਾਰ ਜਾਂ ਬਟਨ ਜਾਂ ਨਾ, ਇੱਦਾਂ ਹੋਇਆ ਪਿਆ ਸੀ ਵੀ ਅਸੀਂ ਸੁੱਖਿਆ ਸੀ ਵੀ ਅਸੀਂ ਮਤਲਬ ਕਿ ਪਹਿਲਾਂ ਸਭ ਤੋਂ ਪਹਿਲਾਂ ਅਸੀਂ ਗੁਰਦੁਆਰੇ ਜਾ ਕੇ ਦੇਖ ਕਰਾ ਕੇ ਆਵਾਂਗੇ ਅਤੇ ਫਿਰ ਉਸ ਤੋਂ ਬਾਅਦ ਦੇ ਵਿੱਚ ਅਸੀਂ ਪੈਸੇ ਅੱਗੇ ਯੂਜ਼ ਕਰਾਂਗੇ ਦੂਰ ਹੈ ਨਾ, ਅਤੇ ਵੀ ਹੁਣ ਉਹ ਚੀਜ਼ ਹੋਈ ਆ ਉਹਦੇ ਨਾ ਮਨ ਨੂੰ ਤਸੱਲੀ ਹੋਈ ਆ ਨਾ, ਅਤੇ ਇੱਕ ਸਟ੍ਰੈਸ ਜਿਹਾ ਸੀ ਜਿਹੜਾ ਇੱਕ ਭਾਰ ਜਿਹਾ ਸੀ ਉਹ ਦਿਮਾਗ 'ਤੇ ਲੈ ਗਿਆ ਵੀ ਹਾਂ ਵੀ ਮੱਥਾ ਟੇਕ ਲਿਆ ਸੀ ਹਾਂ, ਤੇ ਵੀ ਹੁਣ ਚਲੋ ਹੁਣ ਕੋਈ ਉਹ ਨਹੀਂ ਹੈਗਾ ਤੇ ਹਾਂ ਰੱਬ ਸੁੱਖ ਰੱਖੇ, ਅਸੀਂ ਇੱਦਾਂ ਹੀ ਹਰ ਵਾਰੀ ਆਈਏ ਤੇ ਦੇਖ ਕਰਾਉਂਦੇ ਰਹੀਏ ਤੇ ਰੱਬ ਮਤਲਬ ਕਿ ਹਮੇਸ਼ਾ ਸਾਨੂੰ ਇੱਦਾਂ ਹੀ ਤਰੱਕੀਆਂ ਬਖਸ਼ਦਾ ਰਹੇ। ਇਹਦੇ ਵਿੱਚ ਵੀ ਹਰਜੀਤ ਖਾਸਾ ਟ੍ਰੈਫਿਕ ਹੋ ਜਾਂਦਾ ਹਨਾ, ਸ਼ਾਮ ਜੀ ਨੂੰ ਹੋ ਜਾਂਦਾ ਉਹ ਚਿੜੀਆਂ ਉੱਡੀਆਂ ਫਿਰਦੀਆਂ। ਹੁਣ ਅਸੀਂ ਬਠਿੰਡੇ ਆ ਗਏ ਸੀਗੇ, ਅੱਛਾ ਕਬੂਤਰ ਸੀਗੇ ਬਾਈ ਕਬੂਤਰ, ਤੇ ਅਸੀਂ ਬਠਿੰਡੇ ਆ ਗਏ ਸੀਗੇ ਤੇ ਹੁਣ ਭੁੱਖ ਲੱਗ ਗਈ ਸੀਗੀ ਤੇ 6 ਵੱਜਣ ਵਾਲੇ ਹੋ ਗਏ, 6:15 ਹੋ ਗਏ ਤੇ ਹੁਣ ਅਸੀਂ ਕੁਛ ਖਾਂਦੇ ਆ, ਸੋਚ ਨਹੀਂ ਹੈਗੀ ਇੰਨੀ। ਫਿਰ ਤੁਹਾਨੂੰ ਵੀ ਕਹਿੰਦੀ ਇੱਥੇ ਮੋਮੋਸ ਬਹੁਤ ਵਧੀਆ ਮਿਲਦੇ ਨੇ ਕਹਿੰਦੀ, ਤੇ ਭੱਟੀ ਰੋਡ ਦੇ ਉੱਤੇ, ਤੇ ਫਿਰ ਅਸੀਂ ਖਾਣ ਚੱਲੇ ਹੈਗੇ ਤੇ ਵੇਖਾਂਗੇ, ਜੇ ਤੁਹਾਨੂੰ ਵੀ ਸਵਾਦ ਨਾ ਹੋਏ ਨਾ ਫਿਰ ਤੈਨੂੰ ਪੁੱਛਾਂਗੇ ਅਸੀਂ। ਠੀਕ ਹੈ ਜੀ, ਸਵਾਦ ਹੋਏ ਫਿਰ, ਹਾਂ ਫਿਰ ਤੈਨੂੰ ਨਾਮ ਦੇ ਦਾਂਗੇ, ਫਿਰ 2 ਪਲੇਟਾਂ ਕਰਵਾ ਦਈਏ। ਸਹੀ ਗੱਲ ਹੈ ਕਿ ਹਾਂ ਅਸੀਂ ਹੁਣ ਤੁਹਾਨੂੰ ਵੀ ਨਾ ਆਏ ਕਹਿ ਰਹੇ ਨੇ, ਤੁਹਾਨੂੰ ਵੀ ਸਾਨੂੰ ਦੱਸ ਦੇਵੇ ਤੇ ਕੀ ਕੁਛ ਖਾਣ ਪੀਣ ਵਾਲਾ ਕਿਵੇਂ ਕੁਛ ਆ, ਕਿਉਂਕਿ ਸਾਨੂੰ ਇੰਨਾ ਭੇਤ ਨਹੀਂ ਹੈਗਾ ਨਾ ਬਠਿੰਡੇ ਦਾ, ਤੇ ਫਿਰ ਹੁਣ ਸਾਨੂੰ ਇਹ ਦੱਸ ਦਿੰਦੀ ਹੈ ਵੀ ਇੱਥੇ ਦੀਦੀ ਆਹ ਚੀਜ਼ ਵਧੀਆ ਮਿਲਦੀ ਹੈ, ਇੱਥੇ ਆਹ ਚੀਜ਼ ਵਧੀਆ ਮਿਲਦੀ ਹੈ। ਤੁਸੀਂ ਇਧਰੋਂ ਟਰਨ ਲੈ ਲਿਓ ਰਾਈਟ, ਹਾਂਜੀ ਭੱਟੀ ਰੋਡ ਤੇ ਜੀ। ਵੀ ਆਹ ਮੋਰੀਆ ਮੋਮੋਸ ਕੈਫੇ ਕਹਿੰਦੀ ਵੀ ਬਹੁਤ ਟੇਸਟੀ ਬਣਾਉਂਦੇ ਆ, ਅਸੀਂ ਵੀ ਚੱਲੇ ਆ ਇਹਦੇ ਵਿੱਚੋਂ, ਤਨਵੀ ਤੇ ਪੈਣਗੀ ਆ ਫਿਰ ਵਿਚਾਰੇ, ਦੋ ਹੀ ਰਹਿ ਗਏ ਮਿੰਟ ਚ ਖਤਮ ਕਰਤਾ।
ਭੁੱਖੀ ਵਾਲੀ ਲੱਗੀ ਹੋਈ ਸੀ ਪੂਰੀ ਉਹ ਕਰਨੀ ਸੀ ਨਾ ਭੁੱਖੀ ਲੱਗੀ ਹੋਈ ਸੀ ਮਾਰੀ ਹਾਂਜੀ ਅਸੀਂ ਪੇਟ ਪੂਜਾ ਕਰ ਲਈ ਸੀਗੀ ਤੇ ਮੋਮੋਸ ਖਾ ਲਏ ਸੀਗੇ ਅਸੀਂ ਉੱਥੇ ਪਰ ਸਵਾਦ ਬਹੁਤ ਸੀਗੇ ਪਰ ਘੱਟ ਸੀਗੇ ਪਰ ਘੱਟ ਸੀਗੇ ਹਾਕਾ ਨੂਡਲਸ ਹਾਂ ਹੁਣ ਆਪਾਂ ਘਰ ਜਾ ਕੇ ਖਾਵਾਂਗੇ ਅਸੀਂ ਉਹਨਾਂ ਨੂੰ ਕਿ ਪੈਕ ਕਰ ਦਿਓ ਘੱਟ ਰਹੇ ਸੀਗੇ ਨਾ ਫਿਰ ਤਾਂ ਕਰਕੇ ਤਿੰਨ ਜਾਣੇ ਸੀਗੇ ਅਸੀਂ ਖਾਣ ਵਾਲੇ ਹੁਣ ਅਸੀਂ ਘਰੇ ਜਾਂਦੇ ਆ ਜਾ ਕੇ ਖਾਂਦੇ ਆ ਨੂਡਲ ਚਲੋ ਜੀ।